ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇਕਰ ਜੇਲ੍ਹਾਂ ਬਾਰੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੂੰ ਲੱਗਦਾ ਹੈ ਕਿ ਨਸ਼ੇ ਦੀ ਤਸਕਰੀ ਵੱਧ ਰਹੀ ਹੈ ਤਾਂ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਇਸ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਜਾਨਵਰ ਹੁੰਦਾ ਨੂੰ ਵਾਲੇ ਟਿੱਟੀ ਉਹ ਰਾਤ ਨੂੰ ਤੇ ਸੁਣਦੀ ਨੇ ਲੱਤਾਂ ਉੱਤੇ ਕਰਕੇ ਕਿਉਂ ਕਦੀ ਜੇ ਮੈਂ ਲੱਤਾਂ ਨਾਲ ਉੱਤੇ ਸਮਾਨ ਹੀ ਡਿੱਗੀ ਸਾਰੇ ਹੁਣ ਆਪਦੇ ਆਪ ਨੂੰ ਫੰਨੇ ਖਾ ਸਮਝਣ ਲੱਗ ਗਏ ਵੀ ਤੂੰ ਆਪ ਇੰਨਾ ਚਿਰ ਰਿਹਾ ਤੂੰ ਕਿੰਨੇ ਚਿਰ ਦੀ ਸਰਵਿਸ ਹੈ ਤੂੰ ਕੀ ਸੁਧਾਰ ਕੀਤਾ मिलांगे फेसबुक ते असी दिखांगे यूट्यूब ते सानू फॉलो करो ट्विटर ते खबरां नाल जुड़े रहो दिन रात।